नमस्कार, ਸਤਿ ਸ਼੍ਰੀ ਅਕਾਲ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਇਸ ਵਕਤ ਵੇਖ ਰਹੇ ਹੋ ਚੈਨਲ ਪੰਜਾਬੀ ਔਰ ਸਾਡੇ ਇਸ ਵੀਕਲੀ ਸ਼ੋਅ ਦਾ ਨਾਮ ਹੈ ਡਿਸਕਸ਼ਨ ਪੁਆਇੰਟ। ਇਸ ਸ਼ੋਅ ਦੇ ਵਿੱਚ ਅਸੀਂ ਹਮੇਸ਼ਾ ਹੀ ਖਾਸ ਸ਼ਖਸੀਅਤਾਂ ਦੇ ਨਾਲ ਖਾਸ ਉਹਨਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਜਿਹਨਾਂ ਦੀ ਕੋਈ ਖਾਸ ਅਚੀਵਮੈਂਟ ਹੁੰਦੀ ਹੈ ਜਾਂ ਫਿਰ ਅਸੀਂ ਜਿਹੜੇ ਸਾਡੇ ਲੋਕਲ ਜਾਂ ਫਿਰ ਨੈਸ਼ਨਲ ਕੈਨੇਡੀਅਨ ਇਸ਼ੂਜ਼ ਨੇ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਮੈਂ ਦੱਸਦਾ ਹਾਂ ਕਿ ਅਸੀਂ ਪ੍ਰੋਗਰਾਮ ਨੂੰ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਇਸ ਵਕਤ ਤੇ ਤੁਸੀਂ ਸਾਰੇ ਹੀ ਜਿਹੜਾ ਵੈਦਰ ਬਹੁਤ ਅੱਛਾ ਹੋ ਗਿਆ ਪੂਰੇ ਕੈਨੇਡਾ ਦੇ ਵਿੱਚ ਇਹਨੇ ਇੰਜੋਏ ਕਰਦੇ ਹੋਵੋਗੇ। ਓਨਟਾਰੀਓ ਦੇ ਵਿੱਚ ਤੇ ਕੱਲ੍ਹ ਪਹਿਲਾ ਆਫੀਸ਼ੀਅਲ ਸਮਰ ਦਾ ਦਿਨ ਸੀ, ਸੋ ਇਸ ਵਕਤ ਕੈਨੇਡਾ ਦੇ ਅੰਦਰ ਬਹੁਤ ਖੂਬਸੂਰਤ ਵੈਦਰ ਹੈ। ਆਈ ਹੋਪ ਕਿ ਤੁਸੀਂ ਆਪਣੀ ਫੈਮਿਲੀਜ਼ ਨਾਲ ਆਪਣੇ ਕੰਮਾਂ ਕਾਰਾਂ 'ਤੇ ਰਹਿੰਦੇ ਹੋਏ ਆਪਣੇ ਪਰਿਵਾਰਾਂ ਦੇ ਨਾਲ ਪੂਰਾ ਇੰਜੋਏ ਕਰਦੇ ਹੋਵੋਗੇ। ਸੋ ਆਓ ਆਪਾਂ ਇਸ ਹਫ਼ਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਮੈਂ ਤੁਹਾਨੂੰ ਦੱਸਦਿਆਂ ਕਿ ਅਸੀਂ ਹਮੇਸ਼ਾ ਹੀ ਪੰਜਾਬ ਭਾਰਤ ਤੋਂ ਜਿਹੜੇ ਆਏ ਸਾਡੇ ਮਹਿਮਾਨ ਨੇ, ਵੈਸੇ ਤਾਂ ਹਰ ਹਫ਼ਤਾ ਹੀ ਜਾਂ ਹਰ 10 ਦਿਨ ਬਾਅਦ ਕੋਈ ਨਾ ਕੋਈ ਮਹਿਮਾਨ ਸਾਡੇ ਕੋਲ ਸਟੂਡੀਓ 'ਚ ਹੁੰਦੇ ਨੇ, ਅਸੀਂ ਉਹਨਾਂ ਦੇ ਨਾਲ ਉਸ ਪੰਜਾਬ ਦੀ ਗੱਲਬਾਤ ਕਰਦੇ ਹਾਂ ਜਾਂ ਜਿੱਥੋਂ ਆਏ ਹੁੰਦੇ ਨੇ ਉੱਥੇ ਕੀ ਹਾਲ ਚਾਲ ਹੈ, ਕੀ ਹਾਲਾਤ ਹੈ, ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜਾਂ ਫਿਰ ਸਾਡੇ ਪੰਜਾਬੀਆਂ ਦੇ ਜਾਂ ਸਿੱਖ ਕੌਮ ਦੇ ਦਰਪੇਸ਼ ਮਸਲਿਆਂ ਬਾਰੇ ਵੀ ਗੱਲਬਾਤ ਕੀਤੀ ਜਾਂਦੀ ਹੈ, ਵੱਖ ਵੱਖ ਇਸ਼ੂਜ਼ 'ਤੇ ਸਾਡੀ ਡਿਸਕਸ਼ਨ ਹੁੰਦੀ ਹੈ। ਪਰ ਇਸ ਵਕਤ ਅਸੀਂ ਉਸ ਮਹਿਮਾਨ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਬਾਰੇ ਅਸੀਂ ਆਮ ਹੀ ਸੋਚਦੇ ਹਾਂ। ਅਸੀਂ ਆਮ ਆਪਣੇ ਜਦੋਂ ਸਿੱਖ ਸਵੇਰੇ ਉੱਠਦੇ ਨੇ ਅਰਦਾਸ ਕਰਦੇ ਨੇ ਜਾਂ ਫਿਰ ਰਹਿ ਰਾਸ ਵੇਲੇ ਸਵੇਰੇ ਨਿਤਨੇ ਵੇਲੇ ਜਾਂ ਫਿਰ ਸ਼ਾਮ ਨੂੰ ਰਹਿ ਰਾਸ ਵੇਲੇ ਅਸੀਂ ਹਮੇਸ਼ਾ ਹੀ ਆਪਣੀ ਅਰਦਾਸ 'ਚ ਵੀ ਇਸ ਗੱਲ ਨੂੰ ਐਡ ਕਰਦੇ ਹਾਂ ਕਿ ਉਹ ਗੁਰੂ ਧਾਮ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਵਿਛੋੜ ਦਿੱਤਾ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਗੱਲਬਾਤ ਕਰਦੇ ਹਾਂ, ਭਾਵ ਜਿਹੜੇ ਪਾਰਟੀਸ਼ਨ ਵੇਲੇ, ਜਿਹੜੇ ਵੰਡ ਵੇਲੇ ਜਾਂ ਆਜ਼ਾਦੀ ਵੇਲੇ ਜਿਹੜੇ ਗੁਰੂ ਧਾਮ ਸਾਡੇ ਪਾਕਿਸਤਾਨ 'ਚ ਰਹਿ ਗਏ, ਜਿੱਥੇ ਅਸੀਂ ਬਹੁਤ ਸਾਰੇ ਲੋਕਾਂ ਦੀ ਜਾਣ ਦੀ ਇੱਛਾ ਹੈ, ਬਹੁਤ ਸਾਰੇ ਤੁਹਾਡੇ 'ਚ ਉੱਥੇ ਜਾਂਦੇ ਵੀ ਨੇ, ਹਰ ਸਾਲ ਇੱਥੋਂ ਗੁਰੂ ਧਾਮ ਦੀਆਂ ਯਾਤਰਾਵਾਂ ਜਾਂਦੀਆਂ ਨੇ। ਅਸੀਂ ਚੈਨਲ ਪੰਜਾਬੀ ਦੇ ਉੱਤੇ ਇੱਕ ਸਪੈਸ਼ਲ ਪ੍ਰੋਗਰਾਮ ਐਵਰੀ ਸੰਡੇ 6 to 7 PM ET ਈਸਟਰਨ ਸਟੈਂਡਰਡ ਟਾਈਮ ਦੇ ਹਿਸਾਬ ਨਾਲ ਗੁਰੂ ਧਾਮ ਯਾਤਰਾ ਦਾ ਜਿਹੜਾ ਅਫੀਸ਼ਲ ਪ੍ਰੋਗਰਾਮ ਜਿਹੜਾ ਅਪਰੂਵਡ ਬਾਏ ਪਾਕਿਸਤਾਨ ਗਵਰਨਮੈਂਟ ਵੀ ਹੈ ਜੀ, ਉਹ ਤੁਹਾਡੇ ਲਈ ਪੇਸ਼ ਕਰਦੇ ਹਾਂ। ਬਹੁਤ ਸਾਰੇ ਲੋਕ ਤੁਹਾਡੇ 'ਚੋਂ ਇੱਛਾ ਵੀ ਰੱਖਦੇ ਹੋਣਗੇ ਜਾਣ ਬਾਰੇ। ਸੋ ਅਸੀਂ ਅੱਜ ਸਾਡੇ ਮਹਿਮਾਨ ਜੋ ਸਟੂਡੀਓਜ਼ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਾਕਿਸਤਾਨ 'ਚ ਜਿਹੜੇ ਸਾਡੇ ਗੁਰੂ ਧਾਮ ਨੇ ਜਾਂ ਜਿਹੜੀ ਸਾਡੀ ਸਿੱਖ ਪਾਪੂਲੇਸ਼ਨ ਹੈ ਜਾਂ ਜਿਹੜੇ ਸਿੱਖ ਲੋਕ ਨੇ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਜਾਂ ਉਹਨਾਂ ਦੇ ਅਚੀਵਮੈਂਟਸ ਜਾਂ ਫਿਰ ਜਿਹੜੇ ਅਸੀਂ ਆਮ ਹੀ ਖਬਰਾਂ ਸੁਣਦੇ ਹਾਂ ਕਿ ਜਿਹੜੇ ਉੱਥੋਂ ਦੇ ਗੁਰਦੁਆਰੇ ਨੇ ਜਾਂ ਜਿਹੜੀਆਂ ਗੁਰਦੁਆਰਿਆਂ ਨਾਲ ਸੰਬੰਧਿਤ ਪ੍ਰੋਪਰਟੀਜ਼ ਨੇ ਜਾਂ ਬਿਲਡਿੰਗਸ, ਇਮਾਰਤਾਂ ਦੀ ਹਾਲਤ ਬੜੀ ਖਰਾਬ ਹੋ ਚੁੱਕੀ ਹੈ, ਸਹੀ ਸਾਂਭ ਸੰਭਾਲ ਨਹੀਂ ਹੋ ਰਹੀ। ਬਹੁਤ ਜਗ੍ਹਾ ਅਸੀਂ ਇਹੋ ਜਿਹੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਜਾਂ ਦੂਸਰੇ ਮੀਡੀਆ ਦੇ ਵੇਖਿਆ, ਕਿਤੇ ਉਹ ਜਾਨਵਰ ਬੰਨੇ ਨੇ, ਡੰਗਰ ਬੰਨੇ ਨੇ ਅਤੇ ਉਹਨਾਂ ਦੀ ਹਾਲਤ ਬੜੀ ਖਸਤਾ ਹੋ ਗਈ ਹੈ। ਔਰ ਇਹ ਹਮੇਸ਼ਾ ਹੀ ਸਾਨੂੰ ਇੱਥੇ ਬਾਹਰ ਬੈਠੇ ਨੂੰ ਜਾਂ ਪੰਜਾਬ ਭਾਰਤ 'ਚ ਬੈਠੇ ਲੋਕਾਂ ਨੂੰ ਇਹ ਸਤਾਉਂਦੀ ਹੈ ਵੀ ਜਿਹੜੇ ਸਾਡੇ ਗੁਰੂ ਧਾਮ ਉੱਥੇ ਰਹਿ ਗਏ ਉਹਨਾਂ ਦੀ ਸ਼ਾਇਦ ਸਾਂਭ ਸੰਭਾਲ ਠੀਕ ਠਾਕ ਨਹੀਂ ਹੋ ਰਹੀ, ਜਾਂ ਪਾਕਿਸਤਾਨ 'ਚ ਜਿਹੜੇ ਸਾਡੇ ਵਾਸਤੇ ਸਿੱਖ ਭਰਾ ਨੇ ਜਾਂ ਸਿੱਖ ਸਾਡੀਆਂ ਫੈਮਿਲੀਜ਼ ਨੇ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਸ਼ਾਇਦ ਬਹੁਤੇ ਚੰਗੇ ਨਹੀਂ। ਇਹ ਸਾਰੇ ਮੁੱਦਿਆਂ ਬਾਰੇ ਡਿਸਕਸ਼ਨ ਕਰਨ ਵਾਸਤੇ ਸੀ ਸਾਨੂੰ ਸਾਡੀ ਚੰਗੇ ਸੁਭਾਗ ਨੇ ਕਿ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਕੋਈ ਹੋਰ ਨਹੀਂ ਬਲਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਸਰਦਾਰ ਤਾਰਾ ਸਿੰਘ, ਉਹ ਸਾਡੇ ਨਾਲ ਇਸ ਵਕਤ ਸਟੂਡੀਓ 'ਚ ਨੇ। ਇੰਨੀ ਦਿਨੀ ਉਹ ਟੋਰਾਂਟੋ ਆਏ ਹੋਏ ਨੇ ਅਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਟੋਰਾਂਟੋ ਸਟੂਡੀਓ 'ਚ ਨੇ। ਤਾਰਾ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਰਾ ਸਿੰਘ ਜੀ, ਜਿਵੇਂ ਅਸੀਂ ਇੰਟਰੋਡਕਸ਼ਨ 'ਚ ਬੋਲਿਆ ਕਿ ਬਹੁਤ ਸਾਰੇ ਉਹ ਸਵਾਲ ਨੇ ਜਿਹੜੇ ਅਸੀਂ ਤੁਹਾਡੇ ਨਾਲ ਡਿਸਕਸ ਕਰਨੇ ਆ ਪਾਕਿਸਤਾਨ 'ਚ ਵਾਸਤੇ ਸਿੱਖਾਂ ਬਾਰੇ ਜਾਂ ਸਾਡੀ ਸਿੱਖ ਪਾਪੂਲੇਸ਼ਨ ਬਾਰੇ। ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਸਭ ਤੋਂ ਪਹਿਲਾਂ ਆਪਣੀ ਜਿਹੜੀ ਵਿਜ਼ਿਟ ਹੈ ਉਹਦਾ ਮਕਸਦ ਦੱਸੋ। ਇੱਕ ਤੁਹਾਡੀ ਪਰਸਨਲ ਵਿਜ਼ਿਟ ਹੈ, ਕਿਸੇ ਆਪਣੇ ਫੈਮਿਲੀ ਜਾਂ ਪਰਿਵਾਰ ਨੂੰ ਮਿਲਣ ਲਈ ਆਏ ਹੋ ਜਾਂ ਫਿਰ ਕੀ ਮਕਸਦ ਹੈ ਤੁਹਾਡਾ ਕੈਨੇਡਾ ਆਉਣ ਦਾ ਇੱਥੇ? ਸਭ ਤੋਂ ਪਹਿਲਾਂ ਮੈਂ ਚੈਨਲ ਪੰਜਾਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਜੀ। ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਜੀ, ਬਾਬਾ ਬੰਦਾ ਸਿੰਘ ਬਹਾਦਰ ਦੇ 1984 ਦੇ ਅੰਦਰ ਜਿਹੜੇ ਸਾਡੇ ਸਿੱਖ ਭਾਈ ਕਤਲ ਹੋਏ, ਸ਼ਹੀਦ ਹੋਏ ਸੀ, ਅਤੇ ਹੋਰ ਸਿੱਖ ਕੌਮ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ 19 June ਨੂੰ ਹੋਇਆ ਸੀ, ਮੈਂ ਖਾਸ ਤੌਰ 'ਤੇ ਉਸ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਪਹੁੰਚਿਆ ਸੀ ਜੀ। ਔਰ ਤੁਹਾਡੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸੀਂ ਗੱਲ ਕਰ ਲਈਏ, ਆਈ ਬਿਲੀਵ 1998 ਦੇ ਵਿੱਚ ਬਣਾਈ ਗਈ ਜੀ, 1999 ਹਾਂ ਜੀ, ਜਦੋਂ ਖਾਲਸਾ ਪੰਥ ਦਾ 300 ਸਾਲਾ ਸਿੱਖਾਂ ਦੇ ਵਿੱਚ ਦੁਨੀਆ ਭਰ 'ਚ ਮਨਾਇਆ ਗਿਆ। ਇਸ ਤੋਂ ਪਹਿਲਾਂ ਤੁਹਾਡੇ ਸਾਰੇ ਜਿਹੜੇ ਪਾਕਿਸਤਾਨ ਦੇ ਗੁਰੂ ਧਾਮ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਅਤੇ ਉਹੀ ਉਹਦੀ ਦੇਖ ਰੇਖ 'ਤੇ ਉਹਨੂੰ ਚਲਾਉਂਦੇ ਸਨ, ਕੀ ਕਾਰਨ ਬਣੇ ਕਿ 1999 ਵਿੱਚ ਇਹ ਸਟੈਪ ਲਿਆ ਗਿਆ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਕਿ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਉਹ ਇੱਕ ਸਿੱਖਾਂ ਦੀ ਇੱਕ ਅਹਿਮ ਸੰਸਥਾ ਹੈ ਅਤੇ ਹਮੇਸ਼ਾ ਅਸੀਂ ਉਹਨਾਂ ਨੂੰ ਇੱਕ ਵੱਡੇ ਭਰਾਵਾਂ ਵਾਂਗੂ ਮੰਨਿਆ। ਪਰ ਪਾਕਿਸਤਾਨ ਦੇ ਜਿਹੜੇ ਗੁਰਧਾਮ ਨੇ, ਤੁਹਾਨੂੰ ਪਤਾ ਹੈ ਕਿ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਦਿਨ ਅਤੇ ਵਿਸਾਖੀ ਜੀ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਮਨਾਇਆ ਜਾਂਦਾ ਹੈ, ਅਤੇ ਉਸ ਵਿੱਚ ਸਾਲ ਵਿੱਚ 3 ਜਾਂ 4 ਵਾਰੀ ਜਿਹੜੇ ਆਪਣਾ ਬਾਹਰੋਂ ਸਿੱਖ ਆਉਂਦੇ ਸੀ ਉਸ ਟਾਈਮ ਗੁਰਦੁਆਰਾ
ਕਿ ਜਿਹੜੇ ਰੂਟੀਨ ਦੇ ਅੰਦਰ ਇੱਥੇ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਹੋਣ, ਡਿਵਲਪਮੈਂਟ ਹੋਵੇ, ਤਾਂ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਬਣਾਈ ਗਈ ਸੀ ਅਤੇ ਤੁਸੀਂ ਜਿਹੜੀ ਸੰਗਤਾਂ ਇੱਥੋਂ ਜਾਂਦੀਆਂ ਨੇ ਉਹ ਇਹ ਮਹਿਸੂਸ ਕਰਨਗੀਆਂ ਕਿ 99 ਤੋਂ ਬਾਅਦ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਵਿੱਚ ਇੱਕ ਬੜੀ ਤਬਦੀਲੀ ਨਜ਼ਰ ਆਈ ਹੈ ਅਤੇ ਉਸਦੇ ਨਾਲ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਣਨ ਨਾਲ ਉੱਥੇ ਜਿਹੜਾ ਲੋਕਲ ਸਿੱਖ ਬੈਠਾ ਹੈ ਉਹ ਬਹੁਤ ਮਜ਼ਬੂਤ ਹੋਇਆ ਹੈ। ਜਿਵੇਂ ਤਾਰਾ ਸਿੰਘ ਜੀ ਮੈਂ ਇੰਟਰੋਡਕਸ਼ਨ 'ਚ ਬੋਲਿਆ ਸੀ ਕਿ ਖਾਲਸਾ ਪੰਥ ਦੇ ਉਹ ਸਿੱਖ ਪੰਥ ਦੇ ਗੁਰੂ ਧਾਮ ਜਿਨ੍ਹਾਂ ਨੂੰ ਖਾਲਸਾ ਪੰਥ ਤੋਂ ਵਿਛੋੜ ਦਿੱਤਾ ਗਿਆ, ਉਹਨਾਂ ਦੇ ਦਿਦਾਰੇ ਦਰਸ਼ਨ, ਇਹ ਸਾਰੇ ਸਿੱਖ, ਅਸੀਂ ਵੀ ਸਿੱਖ ਹੈਗੇ ਹਾਂ, ਹੋਰ ਵੀ ਬਹੁਤ ਸਾਰੇ ਦੁਨੀਆ ਪੱਛਮ ਵਾਸਤੇ ਸਿੱਖਾਂ ਦੀ ਇਹ ਇੱਛਾ ਕਿ ਅਸੀਂ ਉੱਧਰ ਜਾ ਕੇ ਇੱਕ ਵਾਰੀ ਉਹਨਾਂ ਨੂੰ ਦੇਖ ਸਕੀਏ। ਬਹੁਤ ਸਾਰੇ ਲੋਕਾਂ ਦੀ ਅਤੇ ਸੁਭਾਗ ਨੇ ਉਹ ਜਾ ਵੀ ਪਾਏ ਨੇ, ਕੁਝ ਲੋਕ ਜਾਣਾ ਚਾਹੁੰਦੇ ਆ। ਆਮ ਤੌਰ 'ਤੇ ਅਸੀਂ ਜਿਹੜੇ ਗੁਰਦੁਆਰਿਆਂ ਦਾ ਜ਼ਿਕਰ ਕਰਦੇ ਹਾਂ ਉਹਨਾਂ 'ਚ ਨਨਕਾਣਾ ਸਾਹਿਬ ਦੀ ਗੱਲ ਕਰਦੇ ਹਾਂ, ਗੁਰਦੁਆਰਾ ਪੰਜਾਬ ਸਾਹਿਬ ਜਾਂ ਕੁਝ ਹੋਰ 2-3 ਜਿਹੜੇ ਅਹਿਮ ਗੁਰਦੁਆਰੇ ਨੇ, ਹਿਸਟੋਰਿਕ ਗੁਰਦੁਆਰੇ ਨੇ, ਉਹਨਾਂ ਦੀ ਗੱਲ ਕਰਦੇ ਹਾਂ। ਪਰ ਇਸ ਤੋਂ ਇਲਾਵਾ ਤੁਸੀਂ ਦੱਸਿਆ ਕਿ 100 ਤੋਂ ਵਧੇਰੇ ਗੁਰਦੁਆਰਾ ਸਾਹਿਬ ਨੇ, ਉਹਨਾਂ 'ਚੋਂ ਕਿਹੜੇ ਕਿਹੜੇ ਖਾਸ ਹੋਰ ਗੁਰੂ ਧਾਮ ਨੇ ਜਿਨ੍ਹਾਂ ਬਾਰੇ ਸ਼ਾਇਦ ਸੰਗਤ ਨੂੰ ਪਤਾ ਹੀ ਨਾ ਹੋਵੇ, ਉਹਨਾਂ ਦਾ ਜ਼ਿਕਰ ਕਰਨਾ ਚਾਹੋਗੇ? ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਜੀ, ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਪੰਜਾ ਸਾਹਿਬ, ਇਹ ਸ਼ੁਰੂ ਤੋਂ ਹੀ ਜਿਹੜੇ ਗੁਰਦੁਆਰੇ ਸੰਗਤਾਂ ਵਾਸਤੇ ਖੁੱਲ੍ਹੇ ਹੋਏ ਨੇ, ਲੋਕ ਦਰਸ਼ਨ ਕਰਦੇ ਨੇ। ਪਰ 99 ਤੋਂ ਬਾਅਦ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਨਾਰੋਵਾਲ ਜੀ, ਰੋੜੀ ਸਾਹਿਬ, ਸ਼ਹੀਦ ਸਿੰਘ ਸੰਘਣੀਆਂ ਲਾਹੌਰ ਦੇ ਅੰਦਰ ਹੈ ਜੀ, ਗੁਰੂ ਰਾਮਦਾਸ ਪਾਤਸ਼ਾਹ ਦਾ ਜਨਮ ਅਸਥਾਨ ਹੈ ਚੂਨਾ ਮੰਡੀ ਵਿੱਚ, ਭਾਈ ਤਾਰੂ ਸਿੰਘ ਦਾ ਗੁਰਦੁਆਰਾ ਜਿਹੜਾ ਹੈ ਉਹ ਕਿਸ ਪ੍ਰੋਬਲਮ ਦੇ ਕਰਕੇ ਉਹ ਯਾਨੀ ਹਾਲੇ ਓਪਨ ਨਹੀਂ ਹੋਇਆ, ਉੱਥੇ ਉਹ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਉਹਨੂੰ ਓਪਨ ਕੀਤਾ ਜਾਵੇ। ਉਸ ਤੋਂ ਬਾਅਦ ਹੁਣ ਰੀਸੈਂਟਲੀ ਪਿਸ਼ਾਵਰ ਦੇ ਅੰਦਰ ਗੁਰਦੁਆਰਾ ਭਾਈ ਬੀਬਾ ਸਿੰਘ ਜੀ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਲਾਡਲੇ ਸਿੱਖ ਸੀ, ਉਹਨਾਂ ਦਾ ਗੁਰਦੁਆਰਾ ਅਸੀਂ ਇਸ ਅਪ੍ਰੈਲ ਵਿੱਚ ਉਹਨੂੰ ਓਪਨ ਕੀਤਾ ਹੈ। ਉਸ ਤੋਂ ਬਾਅਦ ਨਨਕਾਣਾ ਸਾਹਿਬ ਦੇ ਅੰਦਰ ਗੁਰਦੁਆਰਾ ਕਿਆਰਾ ਸਾਹਿਬ ਅਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਿਸਟਰ ਬੇਬੇ ਨਾਨਕੀ, ਉਹਨਾਂ ਦਾ ਗੁਰਦੁਆਰਾ ਹੁਣ ਅਸੀਂ ਓਪਨ ਕੀਤਾ ਹੈ ਲਾਹੌਰ ਦੇ ਅੰਦਰ। ਅਤੇ ਸਾਡੀ ਇਹ ਕੋਸ਼ਿਸ਼, 174 ਪਾਕਿਸਤਾਨ ਦੇ ਅੰਦਰ ਹਿਸਟੋਰੀਕਲ ਗੁਰਦੁਆਰੇ ਨੇ, ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਕੋਸ਼ਿਸ਼ ਕਰਕੇ ਸਾਰੇ ਓਪਨ ਕੀਤੇ ਜਾਣ ਤਾਂ ਕਿ ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ। ਤੁਸੀਂ ਗੱਲ ਕਰਦੇ ਹੋ ਤਾਰਾ ਸਿੰਘ ਜੀ ਕਿ ਗੁਰਦੁਆਰੇ ਓਪਨ ਹੋ ਰਹੇ ਨੇ, ਮੈਨੂੰ ਤਾਂ ਇਹ ਗੱਲ ਸਮਝ ਆ ਰਹੀ ਸੀ, ਸੰਗਤਾਂ ਇਹਨੂੰ ਗਲਤ ਨਾ ਲੈ ਜਾਣ ਕਿ ਇਹ ਨਵੇਂ ਗੁਰਦੁਆਰੇ ਨਹੀਂ ਖੁੱਲ੍ਹ ਰਹੇ, ਕੀ ਕਾਰਨ ਸਨ ਇਹ ਗੁਰਦੁਆਰੇ ਇੱਕ ਵੇਲੇ ਬੰਦ ਹੋ ਗਏ ਸਨ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਖੋਲ੍ਹੇ ਜਾ ਰਹੇ ਨੇ, ਹੋ ਸਕਦਾ ਲੋਕ ਸ਼ਾਇਦ ਇਹ ਵੀ ਫੀਲ ਕਰਦੇ ਹੋਣ ਕਿ ਨਵੇਂ ਅਸਥਾਨ ਜਿਹੜੇ ਆ ਰੋਜ਼ ਹਰ ਦਿਨ ਖੁੱਲ੍ਹ ਰਹੇ ਆ, ਕੀ ਕਿਹੜੇ ਗੁਰਦੁਆਰੇ ਸਨ, ਇਹ ਕਦੋਂ ਕੀ ਇਹ ਪਾਰਟੀਸ਼ਨ ਵੇਲੇ ਬੰਦ ਹੋ ਗਏ ਸਨ, ਇਹਦੇ ਬਾਰੇ ਥੋੜ੍ਹਾ ਦੱਸੋ। 47 ਵਿੱਚ ਤੁਹਾਨੂੰ ਪਤਾ ਹੈ ਕਿ ਪੰਜਾਬ ਵਿੱਚ ਸਿੱਖ ਨਹੀਂ ਰਹੇ ਜੀ, ਕਾਫ਼ੀ ਜਿਹੜੇ ਆਪਣੇ ਪਰਿਵਾਰ ਨੂੰ ਚਲੇ ਗਏ, ਜਿਹੜੇ ਰਹਿ ਵੀ ਗਏ ਤਾਂ ਉਹ ਕਨਵਰਟ ਹੋ ਗਏ, ਤੇ ਉੱਥੇ ਇਸ ਕਰਕੇ ਗੁਰਦੁਆਰੇ ਸਾਰੇ ਜਿਹੜੇ ਨੇ ਨਾ ਉਹ ਬੰਦ ਹੋ ਗਏ ਸੀ। ਤੇ ਇਹ ਉਹੀ ਗੁਰਦੁਆਰੇ ਨੇ ਸਾਡੇ ਇਤਿਹਾਸਿਕ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਵੇਲੇ ਸੀ, ਉਹਨਾਂ ਦਾ ਇਤਿਹਾਸ ਹੈ, ਉਹੀ ਹੁਣ ਰੀਓਪਨ ਕੀਤੇ ਜਾ ਰਹੇ ਨੇ। ਤੇ ਜਿਹੜੇ ਬੰਦ ਪਏ ਸੀ ਜਾਂ ਉਹਨਾਂ ਦੇ ਕੋਈ ਹੋਰ ਯਾਨੀ ਸੰਗਤ ਨਹੀਂ ਸੀ ਉਹਨਾਂ ਸ਼ਹਿਰਾਂ ਵਿੱਚ, ਤੇ ਉਹ ਬੰਦ ਹੋ ਗਏ ਸੀ, ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਬੜੀ ਮਿਹਰਬਾਨੀ ਤੁਹਾਡੇ ਨਾਲ ਗੱਲਬਾਤ ਸਾਡੀ ਬੜੀ ਇੰਟਰਸਟਿੰਗ ਹੋ ਰਹੀ ਹੈ, ਚੱਲਦੀ ਰਹੇਗੀ। ਸਮੇਂ ਛੋਟੇ ਜਿਹੇ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਤੋਂ ਬਾਅਦ ਅਸੀਂ ਜਲਦੀ ਵਾਪਸ ਆ ਕੇ ਤਾਰਾ ਸਿੰਘ ਉਹਨਾਂ ਦੇ ਨਾਲ ਹੋਰ ਪਾਕਿਸਤਾਨ ਵਾਸਤੇ ਸਿੱਖਾਂ ਬਾਰੇ, ਗੁਰਧਾਮਾਂ ਬਾਰੇ ਔਰ ਉੱਥੇ ਹੋ ਰਹੀਆਂ ਡਿਵੈਲਪਮੈਂਟਸ ਬਾਰੇ ਜਿਹੜੀਆਂ, ਜਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕੁਝ ਖਾਸ ਕਰ ਰਹੀ ਹੈ ਆਉਣ ਵਾਲੇ ਸਮੇਂ 'ਚ, ਫਿਊਚਰ ਕੀ ਹੋ ਸਕਦਾ ਪਾਕਿਸਤਾਨ 'ਚ ਵਾਸਤੇ ਸਿੱਖਾਂ ਦਾ, ਇਹਦੇ ਬਾਰੇ ਗੱਲ ਕਰਾਂਗੇ ਛੋਟੇ ਜਿਹੇ ਵਕਫੇ ਤੋਂ ਬਾਅਦ। ਜਲਦੀ ਵਾਪਸ ਆ ਰਹੇ ਹਾਂ। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੇਜਵੀਰ ਸਿੰਘ ਔਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਇਸ ਵਕਤ ਸਾਨੂੰ ਪੂਰੇ ਕੈਨੇਡਾ ਭਰ 'ਚ ਵੇਖਿਆ ਜਾ ਰਿਹਾ। ਅੱਜ ਸਾਡੀ ਖਾਸ ਗੱਲਬਾਤ ਸਰਦਾਰ ਤਾਰਾ ਸਿੰਘ ਉਹਨਾਂ ਦੇ ਨਾਲ ਹੋ ਰਹੀ ਹੈ, ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ। ਉਹਨਾਂ ਦੇ ਨਾਲ ਅਸੀਂ ਪਾਕਿਸਤਾਨ ਵਾਸਤੇ ਸਿੱਖਾਂ ਬਾਰੇ, ਸਾਡੇ ਜਿਹੜੇ ਗੁਰੂ ਧਾਮ ਉੱਥੇ ਰਹਿ ਗਏ ਪਾਕਿਸਤਾਨ ਦੇ ਵਿੱਚ, ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਬ੍ਰੇਕ ਤੋਂ ਪਹਿਲਾਂ ਤਾਰਾ ਸਿੰਘ ਜੀ ਅਸੀਂ ਗੱਲਬਾਤ ਕਰ ਰਹੇ ਸੀ ਜਿਹੜੇ ਗੁਰਦੁਆਰਾ ਸਾਹਿਬ ਰੀਓਪਨ ਕੀਤੇ ਜਾ ਰਹੇ ਨੇ, ਜਿਹੜੇ ਪਾਰਟੀਸ਼ਨ ਵੇਲੇ ਬੰਦ ਹੋ ਗਏ ਸਨ, ਸਿੱਖ ਬਹੁਤ ਸਾਰੇ ਛੱਡ ਕੇ ਪਾਕਿਸਤਾਨ ਭਾਰਤ ਚਲੇ ਗਏ ਸਨ। ਅਸੀਂ ਜਦੋਂ ਸੋਸ਼ਲ ਮੀਡੀਆ 'ਤੇ ਜਾਂ ਸਾਡੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ 'ਚ ਖਬਰਾਂ ਆਮ ਤੌਰ 'ਤੇ ਸੁਣਦੇ ਰਹਿੰਦੇ ਹਾਂ ਵੀ ਜਿਹੜੀਆਂ ਬਿਲਡਿੰਗਸ ਨੇ ਗੁਰਦੁਆਰਿਆਂ ਦੀਆਂ, ਕਿਉਂਕਿ ਉਹ ਬੜੇ ਸਾਲ ਹੁਣ ਬੰਦ ਰਹੀਆਂ, ਜਿਵੇਂ 47 ਤੋਂ ਕੁਝ ਹੁਣ ਖੁੱਲ੍ਹ ਰਹੇ ਆ, ਕਿੰਨੇ ਸਾਲ ਹੋ ਗਏ ਜੀ ਉਹ ਬੰਦ ਪਈਆਂ ਨੇ, ਅਤੇ ਫਿਰ ਬਿਲਡਿੰਗਾਂ ਦੀ ਹਾਲਤ ਜਿਹੜੀ ਉਹ ਬਹੁਤ ਮਾੜੀ ਹੈ, ਕੁਝ ਇੱਕ 'ਤੇ ਕਬਜ਼ੇ ਹੋ ਗਏ, ਕੁਝ ਇੱਕ 'ਤੇ ਲੋਕਾਂ ਨੇ ਜਿਵੇਂ ਡੰਗਰ ਵਗੈਰਾ ਬੰਨ ਦਿੱਤੇ, ਜਾਂ ਉਹਨਾਂ ਦੀ ਹਾਲਤ ਬੜੀ ਉਹਦੇ ਕਬਜ਼ੇ ਹੀ ਹੋ ਗਏ, ਕਿ ਲੋਕਾਂ ਨੇ ਪਰਿਵਾਰਾਂ ਨੇ ਕਬਜ਼ੇ ਕਰ ਲਏ, ਇਹਦੇ ਬਾਰੇ ਕੀ ਸਾਰੀਆਂ ਖਬਰਾਂ ਸਹੀ ਨੇ? ਦੇਖੋ ਅੱਜ 47 ਨੂੰ ਤਕਰੀਬਨ 60 ਸਾਲ ਹੋ ਗਏ ਜੀ,
ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਬਣੇ ਹਾਲੇ ਇੰਨਾ ਟਾਈਮ ਨਹੀਂ ਹੋਇਆ, 99 ਦਿਨ ਬਣੇ ਸੀ। ਇਹ ਤੁਹਾਡੀ ਗੱਲ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਕਬਜ਼ੇ ਹੋ ਗਏ ਨੇ ਜਾਂ ਉਹ ਉੱਥੇ ਡੰਗਰ ਬੰਨੇ ਜਾ ਰਹੇ ਨੇ, ਇੱਦਾਂ ਦੀ ਕੋਈ ਗੱਲ ਬਿਲਕੁਲ, ਜਦੋਂ ਕੋਈ ਚੀਜ਼ ਖਾਲੀ ਹੁੰਦੀ ਹੈ ਉੱਥੇ ਜ਼ਰੂਰ, ਉੱਥੋਂ ਹਰ ਇੱਕ ਜਿਹੜਾ ਮੁਆਸ਼ਰੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ, ਬੁਰੇ ਲੋਕ ਵੀ ਹੁੰਦੇ ਨੇ, ਪਰ ਅੱਜ ਦੀ ਜਿਹੜੀ ਪੋਜੀਸ਼ਨ ਹੈ ਉਹ ਇੱਦਾਂ ਦੀ ਕੋਈ ਗੱਲ ਨਹੀਂ ਹੈ। ਪਾਕਿਸਤਾਨ ਵਿੱਚ ਜਿਹੜੇ ਸਿੱਖ ਪ੍ਰੋਪਰਟੀਜ਼ ਨੇ ਉਹ ਉਹਨਾਂ 'ਤੇ ਪੂਰਾ ਜਿਹੜਾ ਹੈ ਐਲਕਿਊ ਟਰੱਸਟ ਪ੍ਰੋਪਰਟੀ ਬੋਰਡ ਦਾ ਕੰਟਰੋਲ ਹੈ ਜੀ। ਤੇ ਜਦੋਂ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਉਸ ਸਿਟੀ ਦੇ ਅੰਦਰ, ਉਸ ਸ਼ਹਿਰ ਦੇ ਅੰਦਰ ਸਾਨੂੰ ਗੁਰਦੁਆਰੇ ਦੀ ਲੋੜ ਹੈ, ਜਾਂ ਪਾਕਿਸਤਾਨ ਗੁਰਦੁਆਰਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਇੱਕ ਡਿਸਾਈਡ ਕਰਦੀ ਹੈ ਕਿ ਅਸੀਂ ਇਹ ਗੁਰਦੁਆਰਾ ਓਪਨ ਕਰਦੇ ਹਾਂ, ਤਾਂ ਉਸ ਵਿੱਚ ਸਾਨੂੰ ਪੂਰਾ ਪਾਕਿਸਤਾਨ ਸਰਕਾਰ ਅਤੇ ਐਲਕਿਊ ਟਰੱਸਟ ਪ੍ਰੋਪਰਟੀ ਬੋਰਡ ਦਾ ਪੂਰਾ ਸਹਿਯੋਗ ਹੁੰਦਾ ਹੈ ਜੀ। ਜੀ ਇਹੀ ਸੀ ਤੁਹਾਡਾ, ਸਾਡਾ ਅਗਲਾ ਸਵਾਲ ਵੀ ਤੁਹਾਨੂੰ ਕਿ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਜਾਂ ਸਾਡੀ ਪੰਜਾਬ ਸੂਬੇ ਦੀ ਉੱਧਰ ਲਈ ਸਰਕਾਰ ਹੈ, ਉਹਨਾਂ ਦਾ ਸਾਡੀ ਸਿੱਖ ਕਮਿਊਨਿਟੀ ਨਾਲ ਰਿਲੇਸ਼ਨ ਕਿਹੋ ਜਿਹਾ, ਉਹਨਾਂ ਦਾ ਸਾਥ ਕਿਵੇਂ ਰਹਿੰਦਾ ਜੀ? ਪਾਕਿਸਤਾਨ ਖਾਸ ਤੌਰ 'ਤੇ ਕਰਕੇ ਜਿਹੜੇ ਸਿੱਖ ਉੱਥੇ ਬਰਾਦਰੀ ਰਹਿ ਰਹੀ ਹੈ, ਸਿੱਖ ਕੌਮ ਰਹਿ ਰਹੀ ਹੈ, ਉਹਨੂੰ ਉਹਨਾਂ ਦੇ ਨਾਲ ਉਹਨਾਂ ਦਾ ਬੜਾ ਇੱਕ ਪਿਆਰ ਹੈ। ਉਸਦੀ ਮਿਸਾਲ ਮੈਂ ਤੁਹਾਨੂੰ ਦੇ ਸਕਦਾ ਕਿ ਅੱਜ ਪਾਕ ਫੌਜ ਦੇ ਅੰਦਰ ਸਾਡੇ ਸਿੱਖ ਨੌਜਵਾਨ ਬੈਠੇ ਨੇ, ਚਾਹੇ ਰੇਂਜਰਸ ਹੋਵੇ, ਪੁਲਿਸ ਹੋਵੇ, ਅਤੇ ਪੰਜਾਬ ਅਸੈਂਬਲੀ ਦੇ ਅੰਦਰ ਸਾਡਾ ਇੱਕ ਸਿੱਖ ਨੌਜਵਾਨ ਰਮੇਸ਼ ਸਿੰਘ ਅਰੋੜਾ ਬੈਠਾ ਹੈ, ਅਤੇ ਅਸੀਂ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਇਹ ਮਹਿਸੂਸ ਕਰਦੇ ਹਾਂ। ਅਤੇ ਜਦੋਂ ਵੀ ਪਾਕਿਸਤਾਨ ਸਿੱਖਾਂ ਦੀ ਗੱਲ ਆਉਂਦੀ ਅਤੇ ਪਾਕਿਸਤਾਨ ਸਰਕਾਰ ਫਸਟ ਪ੍ਰਾਇਰਟੀ ਦੇ ਸਿੱਖਾਂ ਨੂੰ ਆਪਣੀ ਜਿਹੜਾ ਉਹ ਜਿਸ ਆਪਣਾ ਉਹਨਾਂ ਦਾ ਤਾਲੁਕ ਹੈ, ਜਿਸ ਚਾਹੇ ਉਹ ਡਾਕਟਰ ਨੇ, ਪ੍ਰੋਫੈਸਰ ਨੇ, ਉਹਨਾਂ ਨੂੰ ਫਸਟ ਪ੍ਰਾਇਰਟੀ ਦੇ ਉਹ ਕੋਸ਼ਿਸ਼ ਕਰਦੇ ਨੇ ਕਿ ਜਦੋਂ ਕੋਈ ਬੱਚਾ ਪੜ੍ਹ ਕੇ ਫ੍ਰੀ ਹੋਵੇ ਤਾਂ ਉਹਨੂੰ ਵਧੀਆ ਤੋਂ ਵਧੀਆ ਜੋਬ 'ਤੇ ਲਾਇਆ ਜਾ ਸਕੇ। ਇਹ ਤਾਂ ਗੱਲ ਹੋਈ ਤਾਰਾ ਸਿੰਘ, ਜਿਹੜੇ ਸਾਡੇ ਪਾਕਿਸਤਾਨੀ ਸਰਕਾਰ ਨਾਲ ਸਿੱਖ ਕਮਿਊਨਿਟੀ ਦੀ ਰਿਲੇਸ਼ਨਸ਼ਿਪ ਜਿਹੜੀ ਹੈ, ਪਰ ਹੁਣ 25,000 ਦੀ ਗਿਣਤੀ ਹੈ ਸਾਰੀ ਸਿੱਖਾਂ ਦੀ, ਬਹੁਤ ਘੱਟ ਗਿਣਤੀ ਹੈ ਪੂਰੇ ਮੁਲਕ ਦੇ ਹਿਸਾਬ ਦੇ ਨਾਲ, ਅਤੇ ਫਿਰ ਆਮ ਜਿਹੜੀ ਲੋਕ ਜਿਹੜੀ ਮੈਜੋਰਿਟੀ ਹੈ ਉੱਥੇ ਉਹ ਤਾਂ ਮੁਸਲਿਮ ਹੈ, ਕਿਉਂਕਿ ਬਹੁਤ ਸਾਰੇ ਸਿੱਖ ਵੀ ਸ਼ਰਨ ਕਨਵਰਟ ਹੋ ਗਏ ਸਨ। ਜਿਹੜੇ ਮੁਸਲਿਮ ਪਰਿਵਾਰਾਂ ਦੇ ਨਾਲ ਸਾਡੇ ਲੋਕਾਂ ਦੇ ਰਿਲੇਸ਼ਨ ਕਿਵੇਂ ਨੇ, ਕਿਉਂਕਿ ਸਿੱਖ ਪਹਿਲਾਂ ਤੋਂ ਹੀ ਮੁਸਲਮਾਨਾਂ ਦੇ ਨਾਲ ਨਜ਼ਦੀਕ ਹੈ, ਬਾਬਾ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਇਤਿਹਾਸ ਦੇ ਵਿੱਚ ਪੀਰ ਬੁੱਧੂ ਸ਼ਾਹ, ਗਨੀ ਖਾਨ, ਨਬੀ ਖਾਨ, ਇਹਨਾਂ ਸਾਰਿਆਂ ਦਾ ਜ਼ਿਕਰ ਬਹੁਤ ਆਉਂਦਾ। ਸੋ ਮੁਸਲਮਾਨਾਂ ਦੇ ਨਾਲ ਤਾਂ ਵੈਸੇ ਹੀ ਸ਼ੁਰੂ ਤੋਂ ਬਹੁਤ ਨੇੜੇ ਦਾ ਰਿਸ਼ਤਾ ਰਿਹਾ, ਪਰ ਆਮ ਤੌਰ 'ਤੇ ਜਦੋਂ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ ਤਾਂ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਗੱਲ ਸੁਣਨਾ ਚਾਹੁੰਦੀ ਹੈ ਵੀ ਸ਼ਾਇਦ ਜਿਹੜੇ ਮੁਸਲਿਮ ਹੈਗੇ ਆ ਅਤੇ ਉੱਧਰ ਸਿੱਖ ਪਰਿਵਾਰ ਹੈਗੇ ਆ, ਇਹਨਾਂ ਦੇ ਆਪਸ ਦੇ ਜਿਹੜੇ ਰਿਲੇਸ਼ਨਸ਼ਿਪ ਹੈ ਉਹ ਕਿਸ ਤਰ੍ਹਾਂ ਦਾ ਚੱਲਦਾ ਜਿੱਥੇ ਪਾਕਿਸਤਾਨ 'ਚ ਰਹਿੰਦੇ ਆ? ਅੱਜ ਤੱਕ ਪਾਕਿਸਤਾਨ ਵਿੱਚ ਜਿਹੜਾ ਸਿੱਖ ਮੁਸਲਿਮ ਭਾਈਚਾਰਾ ਹੈ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਈ, ਕਿਉਂਕਿ ਜਿਹੜਾ ਪੰਜਾਬ ਹੈ ਉੱਥੇ ਤੁਹਾਨੂੰ ਕਾਫੀ ਇਹੋ ਜਿਹੇ ਆਪਣੇ ਜਿਹੜੇ ਲੋਕ ਨੇ ਉਹ ਮਿਲਣਗੇ ਜਿਹਨਾਂ ਦਾ ਪਿਛੋਕੜ ਸਿੱਖ ਧਰਮ ਨਾਲ ਸੀ, ਤੇ ਉਸ ਕਰਕੇ ਵੀ ਜਿਹੜਾ ਆਮ ਲੋਕਾਂ ਦਾ ਸਿੱਖਾਂ ਨਾਲ ਵਰਤਾਓ ਹੈ, ਪਿਆਰ ਹੈ, ਉਹ ਇੱਕ ਬਹੁਤ ਵਧੀਆ ਹੈ। ਤੇ ਉੱਥੇ ਆਪਣਾ ਪੂਰਾ ਪਾਕਿਸਤਾਨ ਵਿੱਚ ਜਿਹੜੇ ਸਿੱਖ ਰਹਿ ਰਹੇ ਨੇ ਉਹ ਆਪਣੀ ਪੂਰਾ ਵਧੀਆ ਇੰਜੋਏ ਨਾਲ ਲਾਈਫ ਗੁਜ਼ਾਰ ਰਹੇ ਨੇ। ਜੇ ਅਸੀਂ ਤੁਹਾਨੂੰ ਇਹ ਸਵਾਲ ਕਰੀਏ ਕਿ ਪਾਕਿਸਤਾਨ 'ਚ ਵਸਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਕਿਹੜੀਆਂ ਨੇ, ਉਹਦੇ 'ਚ ਕੋਈ ਜ਼ਿਕਰ ਕਰਨਾ ਚਾਹੋਗੇ ਕਿ ਮੁਸ਼ਕਲਾਂ ਰਹਿੰਦੀਆਂ ਹੁਣ ਤੁਹਾਨੂੰ ਉੱਥੇ ਬੈਠੇ? ਦੇਖੋ ਜੀ, ਪਾਕਿਸਤਾਨ ਵਿੱਚ ਜਿਹੜੇ ਜਨਰਲ ਮਸਲੇ ਨੇ ਉਹ ਸਭ ਵਾਸਤੇ ਨੇ, ਚਾਹੇ ਉਹ ਸਿੱਖ ਹੋਵੇ, ਮੁਸਲਿਮ ਹੋਵੇ, ਹਿੰਦੂ ਹੋਵੇ, ਈਸਾਈ ਹੋਵੇ, ਦਹਿਸ਼ਤਗਰਦੀ ਵਗੈਰਾ, ਬਿਲਕੁਲ ਜਿੱਦਾਂ ਦਹਿਸ਼ਤਗਰਦੀ ਹੋਈ, ਤੇ ਇਹ ਜਿਹੜੇ ਪ੍ਰੋਬਲਮਸ ਨੇ ਉਹ ਤਾਂ ਓਵਰਆਲ ਉੱਥੇ ਹੈ। ਹੁਣ ਤਾਂ ਤੁਹਾਨੂੰ ਪਤਾ ਹੋਣਾ ਕਿ ਕਾਫੀ ਬਿਹਤਰੀ ਆਈ ਹੈ ਪਾਕਿਸਤਾਨ ਦੇ ਹਾਲਾਤਾਂ ਵਿੱਚ, ਕਾਫੀ ਬਿਹਤਰੀ ਆਈ ਹੈ, ਕਾਫੀ ਜਿਹੜਾ ਇਹਨਾਂ ਲੋਕ ਮੁਤਮੈਨ ਨੇ, ਤੇ ਲੋਕ ਜਿਹੜੇ ਛੱਡ ਕੇ ਗਏ ਸੀ ਕੁਛ ਟਾਈਮ ਪਹਿਲੇ ਉਹ ਵਾਪਸ ਆ ਰਹੇ ਨੇ, ਇੱਦਾਂ ਦੇ ਹਾਲਾਤ ਬਣੇ ਹੋਏ ਨੇ। ਤੇ ਕੋਈ ਖਾਸ ਕਰਕੇ ਸਿੱਖਾਂ ਨੂੰ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਜਾਂ ਕੋਈ ਇੱਦਾਂ ਮਸਲਾ ਨਹੀਂ ਹੈ ਕਿ ਜਿਸ ਕਰਕੇ ਅਸੀਂ ਕਹਿ ਸਕੀਏ ਜਿਸ ਵੇਲੇ ਸਿੱਖਾਂ ਨੂੰ ਜਾਂ ਪ੍ਰੋਬਲਮ ਬਣੀ ਹੋਈ ਹੈ ਜਾਂ ਇੱਦਾਂ ਦੀ ਕੋਈ ਗੱਲ ਹੈ। ਜਦੋਂ ਭਾਰਤੀ ਪੰਜਾਬ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਜਾਂ ਭਾਰਤੀ ਪੰਜਾਬ 'ਚ ਵਸਦੇ ਸਿੱਖ ਭਾਈਚਾਰੇ ਨੂੰ ਮੁਸ਼ਕਲ ਆਉਂਦੀ ਹੈ, ਤਾਂ ਪਾਕਿਸਤਾਨ 'ਚ ਬੈਠੇ ਜਿਹੜੇ ਸਿੱਖ ਭਾਈਚਾਰਾ ਹੈ ਕੀ ਉਹ ਵੀ ਉਨਾ ਹੀ ਦਰਦ ਮਹਿਸੂਸ ਕਰਦਾ? ਬਿਲਕੁਲ ਜੀ, ਉਨਾ ਹੀ ਦਰਦ ਮਹਿਸੂਸ ਕਰਦਾ ਹੈ, ਕਿਉਂਕਿ ਇਹ ਦੇਖੋ ਇੱਕ ਜਿਹੜਾ ਸਿੱਖ ਕੌਮ ਹੈ, ਸਿੱਖ ਧਰਮ ਹੈ, ਇੱਕ ਇੱਕ ਆਪਣਾ ਇੱਕ ਇੱਕ ਇੱਕੋ ਹੀ ਪਰਿਵਾਰ ਹੈ। ਜਿੱਥੇ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਕੋਈ ਜਦੋਂ ਪ੍ਰੋਬਲਮ ਹੁੰਦੀ ਹੈ ਤਾਂ ਹੋਰ ਬਾਹਰਲੇ ਸਿੱਖ ਜਿਹੜੇ ਉਹਨੂੰ ਮਹਿਸੂਸ ਕਰਦੇ ਨੇ, ਇੱਦਾਂ ਹੀ ਜਿਹੜੇ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਨੇ ਉਹਨਾਂ ਨੂੰ ਕੋਈ ਪੰਜਾਬ ਦੇ ਅੰਦਰ ਕੋਈ ਗੱਲਬਾਤ ਹੁੰਦੀ ਜਾਂ ਹੋਰ ਕਿਤੇ ਗੱਲ ਪਾਉਂਦੇ ਦੇ, ਇਹ ਤਾਂ ਹੁਣ ਇੱਕ ਫੈਮਿਲੀ ਦੇ ਮੈਂਬਰ ਦੀ ਤਰ੍ਹਾਂ ਅਸੀਂ ਸਾਰੇ, ਤਾਂ ਬਿਲਕੁਲ ਸਾਨੂੰ ਇਹ ਮਹਿਸੂਸ ਹੁੰਦਾ, ਦੁੱਖ ਹੁੰਦਾ। ਜਦੋਂ ਫਰੀਦਕੋਟ ਦੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਅਸੀਂ ਦੇਖਿਆ ਕਿ ਬਹੁਤ ਸਾਰੀ ਜਗ੍ਹਾ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਸਿੱਖਾਂ ਦੇ ਨਾਲ ਨਾਲ ਵਧੇਰੇ ਗਿਣਤੀ ਦੇ ਵਿੱਚ ਜਿਹੜੇ ਮੁਸਲਿਮ ਪਰਿਵਾਰ ਸੀ
ਜਾਂ ਮੁਸਲਮਾਨ ਲੋਕ ਸਨ, ਉਹਨਾਂ ਨੇ ਵੀ ਰਸਤੇ ਰੋਸ ਮੁਜ਼ਾਹਰੇ ਕੀਤੇ ਔਰ ਆਪਣੇ ਦੁੱਖ ਦਾ ਇਜ਼ਹਾਰ ਕੀਤਾ। ਔਰ ਖਾਸ ਕਰ ਸਿੱਖ ਕੌਮ ਜਿਹੜੀ ਭਾਰਤ 'ਚ ਵੱਸਦੀ ਹੈ ਜਾਂ ਦੁਨੀਆ ਭਰ 'ਚ ਵੱਸਦੀ ਹੈ, ਉਹਨਾਂ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਹੋਏ ਧੱਕੇ ਜਾਂ ਬੇਅਦਬੀ ਬਾਰੇ ਉਹਨਾਂ ਨੇ ਕਾਫ਼ੀ ਆਪਣਾ ਰੋਸ ਜ਼ਾਹਰ ਕੀਤਾ। ਮੈਂ ਦੇਖ ਰਿਹਾ ਸੋਸ਼ਲ ਮੀਡੀਆ ਵਗੈਰਾ ਦੇ ਉੱਤੇ ਵੀ। ਬਿਲਕੁਲ ਬਿਲਕੁਲ, ਤੁਸੀਂ ਇਹ ਦੇਖਿਆ ਹੋਣਾ ਕਿ ਉੱਥੇ ਸਿੱਖਾਂ ਚਾਹੇ 84 ਦਾ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਵੇ ਜੀ, ਚਾਹੇ ਕਦੋਂ ਵੀ ਕੋਈ ਇੱਦਾਂ ਦੀ ਕੋਈ ਮੁਸ਼ਕਿਲ ਆਪਣਾ ਸਿੱਖ ਕੌਮ 'ਤੇ ਕੋਈ ਮੁਸ਼ਕਿਲ ਦਾ ਵਕਤ ਆਉਂਦਾ, ਤੁਸੀਂ ਪਾਕਿਸਤਾਨ ਸਿੱਖਾਂ ਨੂੰ ਦੇਖਦੇ ਹੋਣੇ, ਉਹ ਬਿਲਕੁਲ ਪਾਕਿਸਤਾਨ ਦੇ ਸਿੱਖਾਂ ਨਾਲ, ਉੱਥੇ ਜਿਹੜੇ ਰਹਿਣ ਵਾਲੇ ਸਾਡੇ ਮੁਸਲਿਮ ਵੀਰ ਨੇ ਉਹ ਵੀ ਸਾਡੇ ਨਾਲ ਮੋਢਾ ਦਾ ਮੋਢਾ ਨਾਲ ਲਾ ਕੇ ਪ੍ਰੋਟੈਸਟ ਵੀ ਕਰਦੇ ਨੇ ਜਿੱਥੇ ਉਹਨਾਂ ਦੀ ਜ਼ਰੂਰਤ ਪੈਂਦੀ, ਜਿੱਥੇ ਇਹ ਅਸੀਂ ਮਹਿਸੂਸ ਕਰਦੇ ਹਾਂ, ਜਿੱਥੇ ਤੱਕ ਸਾਡੀ ਗੱਲ ਚਲਦੀ, ਬਿਲਕੁਲ ਉਹ ਸਾਡੇ ਨਾਲ ਜਿਹੜਾ ਹੈ ਉਹ ਤਾਮਨ ਕਰਦੇ ਨੇ। ਇਹ ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਤੋਂ ਬਾਅਦ ਅਸੀਂ ਰਹਿੰਦੇ ਸਵਾਲਾਂ ਦੇ ਉੱਤੇ ਗੱਲਬਾਤ ਕਰਾਂਗੇ। ਕੁਝ ਇੱਕ ਇਹੋ ਜਿਹੇ ਮਸਲੇ ਨੇ ਜਿੱਥੇ ਹਮੇਸ਼ਾ ਪਾਕਿਸਤਾਨ ਨੂੰ, ਇੱਕ ਖਾਸ ਕਰ ਸਿੱਖ ਕਮਿਊਨਿਟੀ ਨੂੰ ਨਹੀਂ, ਸਿਰਫ ਪਾਕਿਸਤਾਨ ਨੂੰ ਬਦਨਾਮ ਕੀਤਾ ਜਾਂਦਾ। ਅਸੀਂ ਬ੍ਰੇਕ ਤੋਂ ਬਾਅਦ ਪੰਜਾਬ 'ਚ ਜਿਹੜਾ ਨਸ਼ੇਦਾਰ ਰੁਝਾਨ ਵੱਧ ਰਿਹਾ ਉਹਦੇ ਬਾਰੇ ਗੱਲਬਾਤ ਕਰਨੀ। ਆਮ ਤੌਰ 'ਤੇ ਕਿਹਾ ਜਾਂਦਾ ਜੀ ਕਿ ਜਿਹੜਾ ਪੰਜਾਬ 'ਚ ਭਾਰਤੀ ਪੰਜਾਬ 'ਚ ਨਸ਼ਾ ਉਹ ਸਰਹੱਦ ਪਾਰ ਤੋਂ ਆ ਰਿਹਾ, ਕਿਤੇ ਅਫਗਾਨਿਸਤਾਨ ਤੋਂ ਟਰੈਵਲ ਹੋ ਕੇ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਟਰੈਵਲ ਹੋ ਕੇ ਫਿਰ ਭਾਰਤੀ ਪੰਜਾਬ 'ਚ ਐਂਟਰ ਹੁੰਦਾ। ਅਸੀਂ ਤਾਰਾ ਸਿੰਘ ਹੁਣਾਂ ਕਿਉਂਕਿ ਪਾਕਿਸਤਾਨ ਪੰਜਾਬ ਤੋਂ ਆਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ। ਸਮਾਂ ਛੋਟ ਜਿਹਾ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਤੋਂ ਬਾਅਦ ਜਲਦੀ ਵਾਪਸ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ। ਮੈਂ ਤੇਜਵੀਰ ਸਿੰਘ ਔਰ ਪ੍ਰੋਗਰਾਮ ਹੈ ਡਿਸਕਸ਼ਨ ਪੁਆਇੰਟ। ਤੁਸੀਂ ਅੱਜ ਸਾਡੇ ਨਾਲ ਗੱਲਬਾਤ ਦੇ ਵਿੱਚ ਦੇਖ ਰਹੇ ਹੋ ਕਿ ਸਰਦਾਰ ਤਾਰਾ ਸਿੰਘ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ, ਮੁੱਖ ਸੇਵਾਦਾਰ ਨੇ, ਅੱਜ ਸਾਡੇ ਨਾਲ ਉਹ ਗੱਲਬਾਤ ਕਰਨ ਵਾਸਤੇ ਪਾਕਿਸਤਾਨ 'ਚ ਵਸਦੇ ਸਿੱਖਾਂ ਬਾਰੇ, ਉਹਨਾਂ ਦੇ ਵੱਖ ਵੱਖ ਮਸਲਿਆਂ ਬਾਰੇ, ਸਾਡੀ ਜੋ ਪਾਕਿਸਤਾਨ 'ਚ ਵਸਦੇ ਸਿੱਖਾਂ ਦੀ ਰਿਲੇਸ਼ਨਸ਼ਿਪ ਹੈ ਮੁਸਲਿਮ ਪਰਿਵਾਰਾਂ ਦੇ ਨਾਲ ਜਾਂ ਉੱਥੇ ਦੇ ਜਿਹੜੇ ਗਵਰਨਮੈਂਟ ਅਫੀਸ਼ਲਸ ਦੇ ਨਾਲ, ਉਹਦੇ ਬਾਰੇ ਗੱਲਬਾਤ ਹੋ ਰਹੀ ਹੈ। ਬਹੁਤ ਸਾਰੇ ਭਰਮ ਭੁਲੇਖੇ ਵੀ ਪਾਏ ਜਾਂਦੇ ਸਨ ਕਿ ਸ਼ਾਇਦ ਪਾਕਿਸਤਾਨ 'ਚ ਵਸਦੇ ਸਿੱਖ ਉਨੇ ਸੇਫ ਨਹੀਂ ਹੈ ਜਿੰਨੇ ਪੰਜਾਬ ਦੇ ਵਿੱਚ। ਅਸੀਂ ਇੱਕ ਖਬਰ ਪਿੱਛੇ ਇਹ ਵੀ ਸੁਣੀ ਸੀ ਕਿ ਸ਼ਾਇਦ ਪਾਕਿਸਤਾਨ 'ਚ ਵਸਦੇ ਸਿੱਖ ਇਹ ਸੋਚਦੇ ਨੇ ਕਿ ਉਹ ਪਾਕਿਸਤਾਨ ਪੰਜਾਬ 'ਚ ਰਹਿੰਦੇ ਸ਼ਾਇਦ ਆਪਣੇ ਆਪ ਨੂੰ ਜ਼ਿਆਦਾ ਮਹਿਫੂਜ਼, ਜ਼ਿਆਦਾ ਸੇਫ ਫੀਲ ਕਰਦੇ ਨੇ। ਜੇ ਅਸੀਂ ਗੱਲਬਾਤ ਕਰੀਏ ਜੀ ਸਿੱਖਾਂ ਦੀ ਸੇਫਟੀ ਜਾਂ ਉਹਦੇ ਕੰਸਰਨ ਬਾਰੇ, ਅਸੀਂ ਜਦੋਂ ਗੱਲਬਾਤ ਕਰਦੇ ਹਾਂ ਅਤੇ ਡਾਕਟਰ ਸੂਰਨ ਸਿੰਘ ਜਿਹੜੇ MLA ਵੀ ਸਨ, ਮਿਨਿਸਟਰ ਵੀ ਰਹੇ, ਉਹਨਾਂ ਦਾ ਪਿੱਛੇ ਕਤਲ ਕਰ ਦਿੱਤਾ ਗਿਆ, ਉਦੋਂ ਲੋਕਾਂ 'ਚ ਇਹ ਦੁਨੀਆ ਭਰ 'ਚ ਵਾਸਤੇ ਸਿੱਖ ਭਾਈਚਾਰੇ 'ਚ ਇਹ ਖਬਰ ਗਈ ਸੀ ਕਿ ਸ਼ਾਇਦ ਸਿੱਖਾਂ ਦੇ ਨਾਲ ਕੋਈ ਹੇਟ ਕ੍ਰਾਈਮ ਹੋਇਆ। ਸ਼ਾਇਦ ਹੇਟ ਕ੍ਰਾਈਮ ਤਾਂ ਇੱਥੇ ਕੈਨੇਡਾ 'ਚ ਵੀ ਹੁੰਦੇ ਨੇ, US 'ਚ ਬਹੁਤ ਜ਼ਿਆਦਾ ਹੁੰਦੇ ਨੇ ਮਿਸਟੇਕਨ ਆਈਡੈਂਟੀ ਕਰਕੇ ਸਿੱਖਾਂ ਨੂੰ, ਕਈ ਵਾਰੀ ਮੁਸਲਮਾਨਾਂ ਦੇ ਨਾਲ ਰਲਾ ਕੇ ਵੇਖ ਲਿਆ ਜਾਂਦਾ। ਇਹੋ ਜਿਹੇ ਮਸਲਾ ਉੱਥੇ ਤੁਹਾਡੇ ਪਾਕਿਸਤਾਨ ਦੇ ਵਿੱਚ ਵੀ ਹੋਇਆ, ਮਿਨਿਸਟਰ ਦਾ ਕਤਲ ਕਰ ਦਿੱਤਾ ਗਿਆ, ਕੀ ਕਾਰਨ ਸਨ, ਅਸਲ ਸੱਚਾਈ ਕੀ ਸੀ ਇਸ ਕਤਲ ਦੇ ਪਿੱਛੇ ਜੀ? ਡਾਕਟਰ ਸੂਰਮ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਡੇ ਮੈਂਬਰ ਸੀ ਅਤੇ ਐਕਸ ਪ੍ਰੈਜੀਡੈਂਟ ਵੀ ਸੀ ਜੀ। ਤੁਹਾਨੂੰ ਪਤਾ ਕਿ ਪਾਕਿਸਤਾਨ ਦੇ ਅੰਦਰ ਜਿਹੜੇ ਮਿਨੋਰਟੀ ਦੇ ਲੋਕ ਆਉਂਦੇ ਨੇ ਉਹ ਬੇਸਿਕਲੀ ਇਲੈਕਸ਼ਨ ਨਹੀਂ ਹੁੰਦਾ, ਉਹਨਾਂ ਦਾ ਸਿਲੈਕਸ਼ਨ ਹੁੰਦਾ ਹੈ ਜੀ। ਅਤੇ ਹਮੇਸ਼ਾ ਇੱਕ ਹਰ ਇੱਕ ਪਾਰਟੀ ਵੱਲੋਂ ਇੱਕ ਆਪਣੀ ਲਿਸਟ ਬਣਾਈ ਜਾਂਦੀ ਹੈ, ਅਤੇ ਡਾਕਟਰ ਸੂਰਮ ਸਿੰਘ ਦਾ ਜਿਹੜਾ ਕਤਲ ਹੋਇਆ ਉਹ ਉੱਥੇ ਇੱਕ ਸਾਡੇ ਹਿੰਦੂ ਬਲਦੇਵ ਰਾਜ ਸੀ, ਉਹਨਾਂ ਨੇ ਇਹ ਸਾਰਾ ਕੁਝ ਕਰਵਾਇਆ, ਉਹ ਅਰੈਸਟ ਵੀ ਹੈਗੇ ਕਿਉਂਕਿ ਸੈਕਿੰਡ ਨੰਬਰ PTI ਦੇ ਪਾਕਿਸਤਾਨ ਤਹਿਰੀਕ ਇਨਸਾਫ ਵਿੱਚ ਸਾਡੇ ਆਪਣੇ ਮਿਨਿਸਟਰ ਸੀ, ਉਹਨਾਂ ਦੀ ਪਾਰਟੀ ਵਿੱਚ ਜਿਹੜਾ ਸੈਕਿੰਡ ਨੰਬਰ ਉਹਨਾਂ ਦਾ ਸੀ, ਉਸ ਕਰਕੇ ਉਹਨੇ ਸਾਜ਼ਿਸ਼ ਕੀਤੀ ਅਤੇ ਉਹਨੂੰ ਕਤਲ ਕਰਵਾਇਆ ਡਾਕਟਰ ਸੂਰਮ ਸਿੰਘ ਨੂੰ। ਇਸ ਵਿੱਚ ਜਿਹੜਾ ਉਹ ਅਰੈਸਟ ਵੀ ਹੈਗੇ, ਅਤੇ ਸਾਡੀ ਪਹਿਲੇ ਵੀ ਇਹ ਡਿਮਾਂਡ ਸੀ, ਹੁਣ ਵੀ ਅਸੀਂ ਉੱਥੇ ਸਾਡੀ ਉਹਨੂੰ ਬਿਲਕੁਲ ਇਹ ਸਜ਼ਾ ਹੋਣੀ ਹੈ ਜਿਹਨੇ ਕੀਤਾ। ਪਰ ਇਸ ਵਿੱਚ ਕੋਈ ਸਟੇਟ ਦਾ ਕੋਈ ਯਾਨੀ ਮੁਸਲਿਮ ਕਮਿਊਨਿਟੀ ਦਾ ਜਾਂ ਹੋਰ ਕੋਈ ਐਕਟੀਵਿਸਟਸ ਦਾ ਕੋਈ ਇਸ ਵਿੱਚ ਕੋਈ ਹੇਟ ਕ੍ਰਾਈਮ ਨਹੀਂ ਹੈ, ਹੇਟ ਕ੍ਰਾਈਮ ਨਹੀਂ ਹੈ, ਬਿਲਕੁਲ ਨਹੀਂ। ਅੱਛਾ, ਅਸੀਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤਾਰਾ ਸਿੰਘ ਦੀ ਗੱਲ ਕੀਤੀ ਸੀ ਕਿ ਸਾਨੂੰ ਜਿਹੜਾ ਇਸ ਵਕਤ ਭਾਰਤੀ ਪੰਜਾਬ ਹੈ ਉਹਦੇ 'ਚ ਨਸ਼ਿਆਂ ਇੱਕ ਬਹੁਤ ਵੱਡਾ ਮਸਲਾ ਹੈ। ਇਹ ਇਲੈਕਸ਼ਨ ਈਅਰ ਵੀ ਹੈ, ਇਸ ਸਾਲ ਉੱਥੇ ਇਲੈਕਸ਼ਨ ਹੋਣੀ ਹੈ, ਅਤੇ ਇਸ ਵਕਤ ਜਿਹੜਾ ਨਸ਼ੇ ਦਾ ਮੁੱਦਾ, ਖਾਸ ਕਰ ਉਹ ਡਿਵੈਲਪਮੈਂਟ ਦੇ ਮੁੱਦੇ ਤੋਂ, ਵਿਕਾਸ ਦੇ ਮੁੱਦੇ ਤੋਂ, ਕਰਪਸ਼ਨ ਦੇ ਮੁੱਦੇ ਤੋਂ ਜਾਂ ਜਿਹੜੀਆਂ ਹੋਰ ਮੁੱਦੇ ਹੁੰਦੇ ਨੇ ਐਜੂਕੇਸ਼ਨ ਦੇ, ਹੈਲਥ ਦੇ ਇਸ਼ੂਜ਼, ਇਹ ਸਾਰੇ ਪਿੱਛੇ ਰਹਿ ਗਏ, ਅਤੇ ਹੁਣ ਨਸ਼ੇ ਦਾ ਮੁੱਦਾ ਜਿਹੜਾ ਉੱਠ ਕੇ ਸਾਹਮਣੇ ਆ ਗਿਆ, ਕਿਉਂਕਿ ਪੰਜਾਬ 'ਚ ਨਸ਼ਈ ਬਹੁਤ ਜ਼ਿਆਦਾ ਹੋ ਗਏ ਨੇ, ਨੌਜਵਾਨ ਵਰਗ ਭਟਕਿਆ ਹੋਇਆ ਆਪਣੇ ਅਸਲ ਰਾਹਾਂ ਤੋਂ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ, ਤੁਸੀਂ ਪਾਕਿਸਤਾਨੀ ਪੰਜਾਬ 'ਚੋਂ ਆਏ ਹੋ, ਅਤੇ ਜੇ ਪੰਜਾਬ ਪਾਕਿਸਤਾਨ ਤੋਂ ਨਸ਼ਾ ਆਉਂਦਾ ਹੈ ਤਾਂ ਕੀ ਇੰਨੇ ਨਸ਼ਈ ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਉਹਦੇ 'ਚ ਵੀ ਹੈ? ਉੱਥੇ ਵੀ ਕੀ ਨਸ਼ੇ ਦੀ ਐਡੀ ਵੱਡੀ ਪ੍ਰੋਬਲਮ ਹੈ ਜਿੰਨੀ ਸਾਡੇ ਇੱਧਰ ਪੰਜਾਬ ਦੇ ਵਿੱਚ? ਦੇਖੋ, ਇਹ ਇੱਕ ਗੌਰਮੈਂਟ ਫੇਲਿਅਰ ਹੈ। ਜੇ ਪੰਜਾਬ ਗੌਰਮੈਂਟ ਚਾਹੇ ਤਾਂ ਉੱਥੇ ਇਹ ਬਿਲਕੁਲ ਉਸ 'ਤੇ ਪਾਬੰਦੀ ਲੱਗ ਸਕਦੀ ਹੈ। ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਇੰਨੀ ਵੱਡੀ ਗਿਣਤੀ ਵਿੱਚ
ਉਹ ਨਸ਼ੇ ਵਿੱਚ ਆ ਕੇ ਉਹਨਾਂ ਨੂੰ ਤਬਾਹ ਤੇ ਬਰਬਾਦ ਕੀਤਾ ਜਾ ਰਿਹਾ ਹੈ ਤੇ ਇਹ ਜਿਹੜਾ ਫੈਲਿਓਰ ਤੁਸੀਂ ਹੋਰ ਤੇ ਤੁਸੀਂ ਕਰਨਾ ਇਸਦਾ ਪਹਿਲੇ ਤਾਂ ਇਹ ਹੋਣਾ ਸੀ ਕਿ ਜੇ ਪਾਕਿਸਤਾਨ ਪੰਜਾਬ ਤੋਂ ਨਸ਼ਾ ਆਉਂਦਾ ਹੈ ਤੇ ਪਹਿਲੇ ਤਾਂ ਉੱਥੇ ਉਸਦਾ ਜ਼ਿਆਦਾ ਅਸਰ ਹੋਣਾ ਚਾਹੀਦਾ ਹੈ ਤੇ ਉੱਥੇ ਇੱਦਾਂ ਦੀ ਕੋਈ ਸਿਚੁਏਸ਼ਨ ਨਹੀਂ ਤੇ ਮੈਨੂੰ ਬੜੇ ਫਖਰ ਨਾਲ ਇਹ ਵੀ ਕਹਿਣਾ ਪੈਂਦਾ ਹੈ ਕਿ ਪਾਕਿਸਤਾਨ ਦੇ ਅੰਦਰ ਰਹਿਣ ਵਾਲਾ ਕੋਈ ਵੀ ਸਿੱਖ ਤੁਹਾਨੂੰ ਨਹੀਂ ਨਜ਼ਰ ਆਏਗਾ ਉਹ ਕੋਈ ਨਸ਼ਾ ਜਾਂ ਇੱਦਾਂ ਦੀ ਕੋਈ ਚੀਜ਼ ਵਰਤਣ ਦਾ ਹੋਵੇ ਜਿਸ ਨਾਲ ਜਿਹੜਾ ਹੈ ਜਿਹੜੀ ਅੱਜ ਹਾਲਤ ਉੱਥੇ ਪੰਜਾਬ ਦੀ ਬਣੀ ਹੋਈ ਹੈ। ਇੱਕ ਸਵਾਲ ਹੋਰ ਹੈ ਤੁਹਾਡੇ ਲਈ ਕਿ ਜਿਹੜੇ ਪਾਕਿਸਤਾਨ 'ਚ ਵਸਦੇ ਸਿੱਖ ਨੇ ਵਰਸਿਸ ਸਾਡੇ ਭਾਰਤੀ ਪੰਜਾਬੀ ਸਿੱਖ ਨੇ, ਉਹ ਸਿਰਫ ਇੱਕੋ ਪੰਜਾਬੀ ਬੈਕਗਰਾਊਂਡ ਤੋਂ ਨੇ ਪਰ ਜਿਹੜੇ ਪਾਕਿਸਤਾਨ 'ਚ ਵਸਦੇ ਸਿੱਖ ਨੇ ਉਹ ਡਿਫਰੈਂਟ ਡਿਫਰੈਂਟ ਬੈਕਗਰਾਊਂਡਸ ਤੋਂ, ਜਿਵੇਂ ਤੁਸੀਂ ਵੀ ਇੱਕ ਸਿੰਧੀ ਪਰਿਵਾਰ ਤੋਂ ਸਿੱਖ ਇਹਦੇ 'ਚ ਆਏ ਔਰ ਹੋਰ ਬਹੁਤ ਸਾਰੀਆਂ ਬੈਕਗਰਾਊਂਡਸ ਨੇ, ਇਹਦੇ ਬਾਰੇ ਤੁਸੀਂ ਦੱਸਣਾ ਚਾਹੋਗੇ ਕਿਹੜੇ ਕਿਹੜੇ ਲੋਕ ਨੇ ਜਿਹੜੇ ਇਹਨਾਂ ਨੇ ਸਿੱਖ ਧਰਮ ਨੂੰ ਅਡੋਪਟ ਕੀਤਾ ਹੈ, ਕਿਉਂਕਿ ਬਹੁਤ ਡਿਫਰੈਂਟ ਤਰ੍ਹਾਂ ਦੇ ਲੋਕ ਜਿਹੜੇ ਸਾਨੂੰ ਉਹ ਸਿੱਖ ਭਾਈਚਾਰੇ 'ਚ ਆਏ ਦਿਖਦੇ ਨੇ, ਉਹਨਾਂ ਦੇ ਡਿਫਰੈਂਟ ਤਰ੍ਹਾਂ ਦਾ ਉਹਨਾਂ ਦਾ ਤਿਆਰ ਹੋਣ ਦਾ ਸਟਾਈਲ ਹੈ, ਉਹਨਾਂ ਦੀ ਪੁਸ਼ਾਕ, ਉਹਨਾਂ ਦੀ ਪੱਗ ਦਾ ਸਟਾਈਲ, ਉਹਨਾਂ ਦੇ ਹਾਵ ਭਾਵ, ਚਿਹਰਾ, ਉਹ ਤਾਂ ਪਛਾਣੇ ਜਾ ਸਕਦੇ ਨੇ ਕਿ ਸ਼ਾਇਦ ਡਿਫਰੈਂਟ ਬੈਕਗਰਾਊਂਡ ਤੋਂ ਆ ਕੇ ਹੁਣ ਸਿੱਖ ਭਾਈਚਾਰੇ 'ਚ ਸਿੱਖ ਧਰਮ 'ਚ ਕਨਵਰਟ ਹੋਏ ਨੇ, ਉਹਦੇ ਬਾਰੇ ਥੋੜ੍ਹਾ ਦੱਸੋ। ਖੈਰ ਜਿਹੜਾ ਪਾਕਿਸਤਾਨ ਦੇ ਅੰਦਰ ਸਭ ਤੋਂ ਜ਼ਿਆਦਾ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਖੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਾਵਰ ਜੋ ਰਹਿੰਦੀ ਹੈ, ਜਦੋਂ ਮਤਲਬ 47 ਵਿੱਚ ਸਿੱਖ ਪਰਿਵਾਰ ਜਿਹੜੇ ਆਪਣੇ ਪੰਜਾਬੀ ਨੇ ਉਹ ਤਾਂ ਸਾਰੇ ਛੱਡ ਕੇ ਚਲੇ ਗਏ ਜਾਂ ਕਨਵਰਟ ਹੋ ਗਏ ਤੇ ਖੈਰ ਪਿਸ਼ਾਵਰ ਦੇ ਅੰਦਰ ਜਿਹੜੇ ਸਾਰੇ ਟ੍ਰੈਵਲ ਏਰੀਆ ਸੀ, ਨੋ ਗੋ ਏਰੀਆ ਸੀ, ਉਸ ਵਿੱਚੋਂ ਕਾਫੀ ਸਿੱਖ ਜਿਹੜੇ ਉੱਥੋਂ ਮੂਵ ਹੋ ਕੇ ਪਿਸ਼ਾਵਰ ਜਾ ਰਹੇ ਨੇ, ਉਸ ਤੋਂ ਪਿਸ਼ਾਵਰ ਤੋਂ ਬਾਅਦ ਉਹਨਾਂ ਕਾਣਾ ਸਾਹਿਬ ਚਲੇ ਗਏ। ਸਿੰਧ ਦੇ ਅੰਦਰ ਜਿਹੜੇ ਸਾਡੇ ਹਿੰਦੂ ਵੀਰ ਨੇ ਉਹ ਵੀ ਕਾਫੀ ਸਿੱਖ ਧਰਮ ਨੂੰ ਅਡੋਪਟ ਕਰ ਰਹੇ ਨੇ, ਹੁਣ ਅੱਜ 19 ਗੁਰਦੁਆਰੇ ਸਿੰਧ ਦੇ ਅੰਦਰ ਜਿਹੜੇ ਪ੍ਰਾਈਵੇਟ ਮੈਂ ਗੁਰਦੁਆਰੇ ਕਹਿ ਰਿਹਾ, ਹਿਸਟੋਰੀਕਲ ਗੱਲ ਨਹੀਂ ਕਰ ਰਿਹਾ, ਜਿਹੜੇ ਪ੍ਰਾਈਵੇਟ ਗੁਰਦੁਆਰੇ ਉਹਨਾਂ ਵਿੱਚ ਵੀ ਸਾਡੇ ਜਿਹੜੇ ਹਿੰਦੂ ਵੀਰ ਰਹਿੰਦੇ ਨੇ ਉਹਨਾਂ ਦਾ ਇੱਕ ਬੜਾ ਸਹਿਯੋਗ ਹੈ। ਉਸ ਤੋਂ ਇਲਾਵਾ ਜਿਹੜੇ ਪਾਕਿਸਤਾਨ ਦੇ ਸਿੰਧ ਦੇ ਅੰਦਰ ਕਾਫੀ ਮੰਦਰ ਨੇ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ ਤੇ ਉੱਥੇ ਹੁੰਦਾ ਹੈ। ਬੜੀ ਚੰਗੀ ਗੱਲ ਹੈ ਕਿ ਹਿੰਦੂਆਂ ਦੇ ਵਿੱਚ ਵੀ ਔਰ ਕੁਝ ਇੱਕ ਮੰਦਰਾਂ ਦੇ ਵਿੱਚ ਵੀ ਗੁਰੂ ਸਾਹਿਬ ਦਾ ਜਿਵੇਂ ਪ੍ਰਕਾਸ਼ ਕੀਤਾ ਜਾ ਰਿਹਾ ਔਰ ਖਾਸ ਤੌਰ 'ਤੇ ਰਹਿਤ ਮਰਿਆਦਾ ਦੀ ਗੱਲਬਾਤ ਤੁਸੀਂ ਕਰ ਰਹੇ ਹੋ ਅਤੇ ਖਾਸ ਧਿਆਨ ਦਿੱਤਾ ਜਾ ਰਿਹਾ। ਆਖਰੀ ਜਾਂਦੇ ਜਾਂਦੇ ਸਿੱਖ ਜਿਹੜੇ ਉੱਥੇ ਸਾਡੇ ਭਾਈਚਾਰਾ ਵਸਦਾ ਪਾਕਿਸਤਾਨ ਦੇ ਵਿੱਚ, ਉਹਨਾਂ ਦੀਆਂ ਕੁਝ ਅਚੀਵਮੈਂਟਸ ਮੈਨੂੰ ਪਤਾ ਲੱਗਿਆ, ਕੁਝ ਸਿੱਖ ਫੌਜੀ ਨੇ, ਪੁਲਿਸ ਦੇ ਵਿੱਚ ਨੇ, ਰੇਂਜਰ ਨੇ, ਤੁਹਾਡੇ ਇੱਕ ਰਮੇਸ਼ ਸਿੰਘ ਅਰੋੜਾ ਸ਼ਾਇਦ ਉਹ ਤੁਹਾਡੀ ਉੱਥੇ ਦੀ ਅਸੈਂਬਲੀ ਦੇ ਵਿੱਚ ਵੀ ਨੇ, ਉਹ ਕੁਝ ਅਚੀਵਮੈਂਟਸ ਬਾਰੇ ਗੱਲਬਾਤ ਕਰਨਾ ਚਾਹੋਗੇ? ਬਿਲਕੁਲ ਜੀ, ਸਾਨੂੰ ਫਖਰ ਹੈ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਸਿੱਖ ਪੂਰੀ ਆਪਣੀ ਮਜ਼ਹਬੀ ਆਜ਼ਾਦੀ ਨਾਲ ਆਪਣੇ ਜਿਹੜੇ ਮਜ਼ਹਬੀ ਤਿਉਹਾਰ ਨੇ ਉਹ ਮਨਾ ਰਹੇ ਨੇ ਜੀ, ਤੇ ਸਾਨੂੰ ਉਨੇ ਹੀ ਉੱਥੇ ਹਕੂਕ ਨੇ ਜਿੰਨੇ ਸਾਡੇ ਮੁਸਲਮਾਨ ਵੀਰਾਂ ਨੂੰ ਹੈ, ਉੱਥੇ ਜਿਹੜੀ ਵੀ ਮਿਨੋਰਟੀ ਰਹਿੰਦੀ ਆਪਣਾ ਪੂਰਾ ਇੰਜੋਏ ਕਰ ਰਹੀ ਹੈ, ਕੋਈ ਜਿਹੜੇ ਸਾਡੇ ਉੱਥੇ ਸਿੱਖ ਜਿਹੜੇ ਪਾਕ ਫੌਜ ਵਿੱਚ ਨੇ, ਸਾਡੇ ਮੇਜਰ ਹੈ ਇੱਕ ਹਰਚਰਨ ਸਿੰਘ ਜੀ, ਇਹ ਇੱਕ ਸਾਨੂੰ ਜਿੱਦਾਂ ਰੈਂਜਰਸ ਵਿੱਚ ਅਮਰਜੀਤ ਸਿੰਘ ਤੇ ਆਪਣਾ ਰਮੇਸ਼ ਸਿੰਘ ਅਰੋੜਾ, ਸਾਨੂੰ ਇੱਕ ਫਖਰ ਹੁੰਦਾ ਕਿ ਥੋੜੀ ਗਿਣਤੀ ਦੇ ਬਾਵਜੂਦ ਸਾਨੂੰ ਸਾਡੇ ਸਿੱਖ ਉੱਥੇ ਚੰਗੀਆਂ ਪੋਸਟਾਂ ਤੇ ਲੱਗੇ ਨੇ ਤੇ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਹੜਾ ਇਹ ਪੂਰੀ ਦੁਨੀਆਂ ਦੇ ਅੰਦਰ ਇਹ ਤਾਸੁਰ ਪੈਦਾ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਔਖੇ ਨੇ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਜੇ ਤੁਸੀਂ ਉੱਥੇ ਆ ਕੇ ਦੇਖੋਗੇ ਸਿੱਖਾਂ ਨੂੰ, ਤੁਹਾਨੂੰ ਇਹ ਮਹਿਸੂਸ ਨਹੀਂ ਹੋਏਗਾ ਕਿ ਕੋਈ ਡਿਫਰੈਂਟ ਹੈ ਤੁਹਾਡੇ ਜਾਂ ਉਹਨਾਂ ਵਿੱਚ। ਜਾਂਦੇ ਜਾਂਦੇ ਜਿਹੜੀ ਤੁਹਾਡੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਗੱਲ ਕਰ ਲਈਏ, ਜਿਹੜੇ ਤੁਹਾਡੇ ਤੋਂ ਪਹਿਲਾਂ ਪ੍ਰਧਾਨ ਸਨ ਜਿਹੜੇ ਥੋੜ੍ਹੀ ਦੇਰ ਪਹਿਲਾਂ ਅਕਾਲ ਚਲਾਣਾ ਕਰਕੇ, ਬਾਪੂ ਸ਼ਾਮ ਸਿੰਘ, ਉਹਨਾਂ ਦੀ ਕਾਫੀ ਅਚੀਵਮੈਂਟ ਸੀ, ਉਹਨਾਂ ਨੇ ਵੀ ਬੜਾ ਸੰਘਰਸ਼ ਲੜਿਆ, ਜਿਵੇਂ ਤੁਸੀਂ ਦੱਸਿਆ ਕਿ ਰੀਓਪਨਿੰਗ ਹੋ ਰਹੀ ਹੈ ਗੁਰਦੁਆਰਾ ਸਾਹਿਬਾਨਾਂ ਦੀ, ਉਹਨਾਂ ਦੀ ਵੀ ਗੱਲ ਕਰ ਲਈ, ਉਹ ਨਾਲ ਦੀ ਨਾਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਿਊਚਰ ਕੀ ਹੈ, ਕੀ ਇਹਨਾਂ ਦੇ ਪਲਾਨਸ ਨੇ ਔਰ ਆਉਣ ਵਾਲੇ 10-15 ਸਾਲਾਂ 'ਚ ਕਿੱਥੇ ਲੈ ਕੇ ਜਾਣਾ ਚਾਹੁੰਦੇ ਨੇ ਸਿੱਖ ਧਰਮ ਨੂੰ, ਗੁਰਦੁਆਰਾ ਸਾਹਿਬਾਨਾਂ ਦੀ ਸਾਂਭ ਸੰਭਾਲ ਨੂੰ। ਸਰਦਾਰ ਸ਼ਾਮ ਸਿੰਘ ਜਿਹੜੇ ਸਾਡੇ ਆਪਣੇ ਪ੍ਰੈਜ਼ੀਡੈਂਟ ਸੀ 99 ਤੋਂ ਲੈ ਕੇ ਅੱਜ ਹੁਣ ਤੱਕ ਉਹੀ ਸਾਡੇ ਪ੍ਰੈਜ਼ੀਡੈਂਟ ਸੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ, ਅਤੇ ਸਿਰਫ ਉੱਥੇ ਜਿਹੜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਜਾਂ ਜਿੱਥੇ ਉੱਥੇ ਰਹਿਣ ਵਾਲੇ ਸਿੱਖ ਨੇ ਉਹਨਾਂ ਦੇ ਤਰੱਕੀ ਵਿੱਚ, ਉਹਨਾਂ ਦੀ ਸਾਰ ਸੰਭਾਲ ਵਿੱਚ ਗੁਰਦੁਆਰਿਆਂ ਦੀ ਬਾਬਾ ਸ਼ਾਮ ਸਿੰਘ ਦਾ ਇੱਕ ਬਹੁਤ ਵੱਡਾ ਕਿਰਦਾਰ ਹੈ। ਉਹ ਇੱਕ ਬੜੇ ਫਿਲਾਸਫਰ ਸੀ ਤੇ ਅੱਜ ਵੀ ਜਿਹੜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਉਹਨਾਂ ਦਾ ਜਿਹੜਾ ਮਿਸ਼ਨ ਸੀ, ਉਹਨਾਂ ਦੀ ਜਿਹੜੀ ਰਾਹ ਸੀ, ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਉੱਦਾਂ ਦੇ ਕੰਮ ਤਾਂ ਨਹੀਂ ਕਰ ਸਕਦੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਸਕੀਏ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇਹੀ ਜਿਹੜਾ ਫਿਊਚਰ ਪਲਾਨਿੰਗ ਹੈ ਕਿ ਜਿਹੜੇ ਬਾਹਰ ਦੇ ਸਿੱਖ ਨੇ, ਕਿਉਂਕਿ ਹਰ ਇੱਕ ਸਿੱਖ ਸੁਬਾਹ ਨੂੰ ਉੱਠ ਕੇ ਇਹੀ ਅਰਦਾਸ ਕਰਦਾ ਹੈ ਕਿ ਇਹ ਸੱਚੇ ਪਾਤਸ਼ਾਹ ਜਿਹੜੇ ਗੁਰਧਾਮ ਸਾਡੇ ਤੋਂ ਵਿਛੋੜੇ ਗਏ ਨੇ ਉਹਨਾਂ ਨੇ ਖੁੱਲ੍ਹੇ ਦਰਸ਼ਨ ਦੀ ਦਾਰ ਬਖਸ਼ੇ ਜਾਣ। ਮਿਹਰਬਾਨੀ ਤੁਹਾਡਾ ਗੱਲ ਕਰਕੇ ਬਹੁਤ ਚੰਗਾ ਲੱਗਿਆ ਔਰ ਬਹੁਤ ਸਾਰੇ ਮਿਸਅੰਡਰਸਟੈਂਡਿੰਗ ਸਾਡੇ 'ਚ ਵੀ ਸਰ, ਪਾਕਿਸਤਾਨ 'ਚ ਵਸਦੇ ਸਿੱਖਾਂ ਦੀ ਸੇਫਟੀ, ਸਿਕਿਉਰਿਟੀ ਜਾਂ ਉਹਨਾਂ ਦੇ ਕੰਸਰਨਸ ਨੂੰ ਲੈ ਕੇ, ਜਾਂ ਫਿਰ ਜਿਹੜੇ ਗੁਰਦੁਆਰੇ ਗੁਰਧਾਮ ਜਿਹਨਾਂ ਨੂੰ ਸਾਨੂੰ ਲੱਗਦਾ ਸੀ ਕਿ ਕਬਜ਼ੇ ਹੋ ਗਏ ਨੇ ਜਾਂ ਸ਼ਾਇਦ ਹੁਣ ਉਹ ਦੁਬਾਰਾ ਵਾਪਸ ਨਹੀਂ ਮਿਲ ਪਾਉਣਗੇ, ਅਸੀਂ ਤੁਹਾਨੂੰ ਵਿਸ਼ ਵੈਰੀ ਗੁੱਡ ਲੱਕ ਫੋਰ ਤੁਹਾਨੂੰ ਅੱਗੇ ਆਉਣ ਵਾਲੇ
ਜਿਹੜੇ ਹੋਰ ਵੀ ਤੁਹਾਡੇ ਗੁਰਧਾਮ ਨੇ ਦੁਬਾਰਾ ਉਹਨਾਂ ਨੂੰ ਖੁੱਲ੍ਹ ਉਹਨਾਂ ਦੀ ਸਾਂਭ ਸੰਭਾਲ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੋਰ ਤਰੱਕੀ ਕਰੋ ਔਰ ਜਿਹੜੀ ਸਾਡੀ ਪਾਕਿਸਤਾਨ 'ਚੋਂ ਅਸੀਂ ਸਿੱਖ ਸੰਗਤ ਹੈ ਉਹਨੂੰ ਅਸੀਂ ਆਪਣੇ ਕੋਲ ਸ਼ੁਭਕਾਮਨਾਵਾਂ ਦਿੰਦੇ ਹਾਂ ਜੀ। ਬੜਾ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ। ਇਹ ਸਨ ਸਰਦਾਰ ਤਾਰਾ ਸਿੰਘ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਨੇ। ਇਹਨਾਂ ਤੋਂ ਪਹਿਲਾਂ ਬਾਪੂ ਸ਼ਾਮ ਸਿੰਘ ਜਿਨ੍ਹਾਂ ਨੇ ਬੜਾ ਲੰਬਾ ਸੰਘਰਸ਼ ਕਰਕੇ ਹੁਣ ਤੱਕ ਜਿਹੜੀ ਸਿੱਖ ਕਮਿਊਨਿਟੀ ਇਹਨੇ ਜੇ ਦੁਬਾਰਾ ਫਲਰਿਸ਼ ਹੋਈ ਹੈ ਉੱਥੇ ਉਹਨਾਂ ਨੇ ਉੱਠਣਾ ਸ਼ੁਰੂ ਕੀਤਾ ਹੈ, ਉਹਨਾਂ 'ਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਇਸ ਪ੍ਰੋਗਰਾਮ ਤੋਂ ਬਾਅਦ, ਇਸ ਡਿਸਕਸ਼ਨ ਤੋਂ ਬਾਅਦ ਤੁਹਾਡੇ ਵੀ ਸ਼ਾਇਦ ਉਹ ਅੱਖਾਂ ਤੋਂ ਪਰਦਾ ਚੱਕਿਆ ਗਿਆ, ਕਿਉਂਕਿ ਅਸੀਂ ਵੀ ਇੱਥੇ ਬੈਠੇ ਸੋਚਦੇ ਹਾਂ ਕਿ ਸ਼ਾਇਦ ਪਾਕਿਸਤਾਨ ਜਿਹੜੇ ਸਾਡੇ ਸਿੱਖ ਪਰਿਵਾਰ ਵਸਦੇ ਨੇ ਜਾਂ ਸਿੱਖ ਕਮਿਊਨਿਟੀ ਰਹਿੰਦੀ ਹੈ, ਸ਼ਾਇਦ ਉਹ ਇੰਨੀ ਸੇਫ ਸਿਕਿਓਰ ਨਹੀਂ ਹੈ ਜਾਂ ਉਹ ਉੰਨੀ ਸੇਫ ਸਾਊਂਡ ਫੀਲ ਨਹੀਂ ਕਰਦੀ। ਪਰ ਜਿਵੇਂ ਮੈਂ ਦੱਸਿਆ ਕਿ ਆਸ ਕਰਦੇ ਨੇ ਕਿ ਆਉਣ ਵਾਲੇ ਸਮੇਂ 'ਚ ਬਾਹਰੋਂ ਵਸਦੀ ਜਿਹੜੀ ਸਿੱਖ ਸੰਗਤ ਹੈ, ਸਪੈਸ਼ਲੀ ਨੌਜਵਾਨ ਵਰਗ ਜਿਹੜਾ ਜਾਂ ਸਾਡੇ ਇੱਥੇ ਜੰਮੇ ਪਲੇ ਬੱਚੇ, ਉਹ ਵੀ ਆਸ ਕਰਦੇ ਨੇ ਕਿ ਆ ਕੇ ਆਪਣੇ ਗੁਰੂ ਧਾਮਾਂ ਨੂੰ ਵਿਜ਼ਿਟ ਕਰਨ ਔਰ ਜਿਵੇਂ ਅਸੀਂ ਹਮੇਸ਼ਾ ਅਰਦਾਸ ਦੇ ਵਿੱਚ ਜ਼ਿਕਰ ਕਰਦੇ ਹਾਂ, ਉਹਨਾਂ ਦੀ ਅਰਦਾਸ ਜਿਹੜੀ ਉਹ ਪੂਰੀ ਹੋਵੇ। ਅਸੀਂ ਅਗਲੇ ਹਫ਼ਤੇ ਕਿਸੇ ਹੋਰ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਸਾਨੂੰ ਆਪਣੀ ਫੀਡਬੈਕ ਈਮੇਲ ਜ਼ਰੀਏ ਭੇਜ ਸਕਦੇ ਹੋ। ਅਗਲੇ ਹਫ਼ਤੇ ਆਪਾਂ ਕਿਸੇ ਹੋਰ ਖਾਸ ਗੱਲਬਾਤ ਖਾਸ ਮਹਿਮਾਨਾਂ ਦੇ ਨਾਲ ਕਰਾਂਗੇ। ਹੁਣ ਸਾਨੂੰ ਇੱਥੇ ਆਗਿਆ ਦੇ ਦਿਓ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।